पंजाबी लेखक सभा चंडीगढ़ द्वारा रंगकर्मी एवं लेखक बलकार सिद्धू की पुस्तक सस्सी पुन्नू का विमोचन चंडीगढ़ के गांधी स्मारक भवन में किया गया। इस दौरान पद्मश्री श्री डॉक्टर सुरजीत पात्र मुख्य अतिथि के रूप में उपस्थित रहे। ये एक्चुअली सस्सी पुन्नू नाटक है जिदे विच पंजाबी सभ्याचारक जड़े ने वो कुछ झलकियां इहदे विच पेश कीतियां गईयां ने, जिथे जिथे नाल इह साडी जिहड़ी प्रेम गाथा आ पंजाब दी मशहूर उहदा जिक्र आ, ते उहदे नाल ही साडे अजोके समाज विच दरपेश जिहड़ियां थोड़ियां बहुतियां समाज नूं मुश्किलां ने उहनां बारे भी जिक्र कीता गया। ਭਾਵੇਂ ਉਹ ਤਾਂ ਥੋੜ੍ਹਾ ਜਿਹਾ ਅਛੋਪਲੇ ਜੇ ਛੋਹ ਕੇ ਲੰਘੇ ਗਏ, ਲੇਕਿਨ ਮੁੱਖ ਤੌਰ ਦੇ ਉੱਤੇ ਇਹ ਉਹ ਕਹਾਣੀ ਹੈ ਜਿਹੜੀ ਹਾਸ਼ਿਮ ਹੋਰਾਂ ਦੇ ਕਿੱਸੇ ਦੇ ਉੱਤੇ ਆਧਾਰਿਤ ਆ। ਉਹਨਾਂ ਨੇ ਜਿਹੜਾ ਕਿੱਸਾ ਲਿਖਿਆ ਸੱਸੀ ਪੁੰਨੂ, ਘਟਨਾਵਾਂ ਉਹ ਹੀ ਤਕਰੀਬਨ ਲਈਆਂ ਗਈਆਂ ਨੇ, ਲੇਕਿਨ ਉਹ ਵੱਖਰੇ ਸੰਦਰਭ ਵਿੱਚ ਅਤੇ ਵੱਖਰੇ ਸਰੂਪ ਦੇ ਵਿੱਚ ਉਹਦੀ ਵੱਖਰੀ ਤਰ੍ਹਾਂ ਦੀ ਸ਼ਿਲਪਕਾਰੀ ਕੀਤੀ ਗਈ। ਇਹ ਕਿਤਾਬ ਦਰਅਸਲ ਇੱਦਾਂ ਹੈ ਕਿ ਇੱਥੇ ਪੰਜਾਬ ਨੈਸ਼ਨਲ ਬੈਂਕ ਵਾਲਿਆਂ ਨੇ ਇੱਕ ਅਸਾਈਨਮੈਂਟ ਦਿੱਤੀ ਸੀਗੀ ਕਿ ਉਹਨਾਂ ਦਾ ਇੱਕ ਨਾਟਕ ਤਿਆਰ ਕਰਨਾ ਸੀਗਾ, ਅਤੇ ਉਹਦੇ ਸੰਬੰਧ ਵਿੱਚ ਜਿਵੇਂ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਕਿੰਨੇ ਚਿਰ ਦਾ ਡਿਊਰੇਸ਼ਨ ਹੋਵੇ, ਕਿੰਨਾ ਉਹ 'ਚ ਮਿਊਜ਼ਿਕ ਹੋਵੇ, ਕਿੰਨੇ ਡਾਇਲੋਗਸ ਹੋਣ, ਕਿੰਨਾ ਉਹ ਸਾਰੇ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਇਹਦੀ ਰਚਨਾ ਕੀਤੀ ਗਈ ਸੀ, ਅਤੇ ਉਸੇ ਸਿਰਜਣ ਪ੍ਰਕਿਰਿਆ ਦੇ ਦੌਰਾਨ ਇਹ ਨਾਟਕ ਤਿਆਰ ਹੋਇਆ ਸੀਗਾ ਜੀ। ਦੇਖੋ ਦਰਅਸਲ ਇੱਦਾਂ ਕਿ ਕਹਾਣੀ ਤਾਂ ਹਾਸ਼ਿਮ ਹੋਣਾ ਦੀ ਸੱਸੀ ਪੁੰਨੂ ਪਹਿਲਾਂ ਹੀ ਤਿਆਰ ਸੀਗੀ, ਸਿਰਫ ਅਸੀਂ ਉਹਦੇ ਵਿੱਚੋਂ ਨਾਟਕੀ ਅੰਸ਼ ਲਏ ਅਤੇ ਉਹਨਾਂ ਨਾਟਕੀ ਅੰਸ਼ਾਂ ਨੂੰ ਆਪਣੇ ਅੱਜ ਦੇ ਸੰਦਰਭ ਵਿੱਚ ਪਲੱਸ ਆਪਣੀ ਸ਼ਿਲਪਕਾਰੀ ਜਾਂ ਆਪਣੀ ਸ਼ੈਲੀ ਦੇ ਵਿੱਚ ਅਸੀਂ ਲਿਖਿਆ, ਜਿਹਦੇ ਵਿੱਚ ਮੁਕਾਲਮੇ, ਕੁਛ ਗੀਤ, ਕੁਛ ਲੋਕ ਗੀਤ, ਕੁਛ ਕਵਾਲੀਆਂ, ਉਹ ਸਾਰੀਆਂ ਸੰਜੋ ਕੇ ਜੋੜ ਕੇ ਅਤੇ ਫਿਰ ਇਹ ਨਾਟਕ ਤਿਆਰ ਹੋਇਆ। ਇਹ ਦਰਅਸਲ ਕਹਿ ਸਕਦੇ ਹਾਂ ਕਿ ਵੈਸੇ ਤਾਂ ਇਹ ਤਕਰੀਬਨ ਜਿਹੜੀ ਪ੍ਰਕਿਰਿਆ ਵਾ ਉਹ ਡੇਢ ਕੁ ਮਹੀਨੇ ਦੀ ਆ, ਲੇਕਿਨ ਇਹ ਜਦੋਂ ਹੁਣ ਦੁਬਾਰਾ ਇਹਨੂੰ ਅਸੀਂ ਕਿਤਾਬੀ ਰੂਪ ਦੇਣਾ ਸੀਗਾ ਉਹਦੇ ਵਿੱਚ ਹੀ ਉਦੋਂ ਫਿਰ ਇਹਦੇ ਵਿੱਚ ਤਰਮੀਮਾਂ ਹੁੰਦੀਆਂ ਗਈਆਂ, ਅਤੇ ਇਸ ਕਰਕੇ ਜਿਉਂ ਜਿਉਂ ਇਹਦੇ ਵਿੱਚ ਇੱਕ ਹੋਰ ਸੁਝਾਅ ਮਿਲਦਾ ਰਿਹਾ ਉਹ ਅਸੀਂ ਇਹਦੇ ਵਿੱਚ ਸ਼ਾਮਿਲ ਕੀਤਾ ਜੀ। ਜਦੋਂ ਤੱਕ ਕਿਉਂਕਿ ਇਹਦਾ ਜਿਹੜਾ ਮੇਨ ਖਾਸਾ ਆ ਜਾਂ ਮੇਨ ਵਿਸ਼ੇਸ਼ਤਾ ਆ ਉਹ ਪੰਜਾਬੀ ਵਿੱਚ ਬਣਦਾ, ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀ ਆ, ਉੱਦਾਂ ਇਹਦਾ ਜਿਹੜਾ ਵਾ ਅਨੁਵਾਦ ਉਹ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੋ ਸਕਦਾ ਜੀ। ਨਾਟਕ ਹੁਣ ਕਿਉਂਕਿ ਪੰਜਾਬ ਕਲਾ ਪ੍ਰੀਸ਼ਦ ਵਾਲਿਆਂ ਨੇ ਕਿਹਾ ਹੈ ਕਿ ਅਸੀਂ ਇਹ ਨਾਟਕ ਨੂੰ ਖੇਡਦੇ ਹੋਏ ਵੇਖਣਾ ਚਾਹੁੰਦੇ ਹਾਂ, ਅਤੇ ਇਸ ਕਰਕੇ ਅਸੀਂ ਛੇਤੀ ਇਸ ਨੂੰ ਨਾਟਕੀ ਰੂਪ ਦੇਵਾਂਗੇ ਅਤੇ ਨਾਟਕ ਦੇ ਤੌਰ 'ਤੇ ਖੇਡਾਂਗੇ। ਵੈਸੇ ਕਿਉਂਕਿ ਜਦੋਂ ਇਹ ਕਿਤਾਬ ਲਿਖੀ ਗਈ ਸੀਗੀ ਉਦੋਂ ਵੀ ਇਹ ਡਿਊਰਿੰਗ ਰਿਹਰਸਲ 'ਚ ਲਿਖੀ ਗਈ ਸੀ, ਉਦੋਂ ਇੱਕ ਨਾਟਕ ਖੇਡਿਆ ਗਿਆ ਸੀ ਸੱਸੀ ਪੁੰਨੂ, ਜਿਹੜਾ ਆਲ ਇੰਡੀਆ ਕੰਪੀਟੀਸ਼ਨ ਦੇ ਵਿੱਚ ਅੱਵਲ ਰਿਹਾ ਸੀ, ਪਹਿਲਾ ਇਨਾਮ ਜਿਹਨੂੰ ਹਾਸਲ ਹੋਇਆ ਸੀ, ਅਤੇ ਹੁਣ ਦੁਬਾਰਾ ਇਸ ਨੂੰ ਖੇਡਾਂਗੇ ਜੀ। ਦੇਖੋ ਬਲਕਾਰ ਸਿੱਧੂ ਦਾ ਇਹ ਨਾਟਕ ਜਿਹੜਾ ਸੱਸੀ ਪੁੰਨੂ ਆ, ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੀ ਜਿਹੜੀਆਂ ਪਿਆਰ ਪ੍ਰੀਤ ਕਥਾਵਾਂ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਅਹਿਮ ਸੱਸੀ ਪੁੰਨੂ ਦੀ ਕਥਾ ਹੈ, ਜਿਹਦਾ ਸਭ ਤੋਂ ਪਹਿਲਾਂ ਕਿੱਸਾ ਹਾਸ਼ਮ ਸ਼ਾਹ ਨੇ ਲਿਖਿਆ ਸੀ ਕਵਿਤਾ ਦੇ ਵਿੱਚ, ਔਰ ਸੱਸੀ ਪੁੰਨੂ ਬਲਕਾਰ ਸਿੱਧੂ ਜੀ ਨੇ ਉਹਨੂੰ ਇੱਕ ਉਪੇਰੇ ਦੇ ਰੂਪ 'ਚ ਲਿਖਿਆ, ਗੀਤ ਨਾਟ ਦੇ ਰੂਪ 'ਚ ਲਿਖਿਆ, ਔਰ ਬਹੁਤ ਖੂਬਸੂਰਤੀ ਨਾਲ, ਖਾਸ ਕਰਕੇ ਇਹਦੀ ਜਿਹੜੀ ਬੋਲੀ ਆ ਇਸ ਦੀ ਉਹਨਾਂ ਦੇ ਬਲਕਾਰ ਸਿੱਧੂ ਹੋਣਾਂ ਦਾ ਇਸਤੇਮਾਲ ਕੀਤਾ, ਉਸ ਬੋਲੀ ਦੀ ਬੜੀ ਵੱਡੀ ਖੂਬਸੂਰਤੀ ਆ, ਔਰ ਬੜੀ ਸੰਖੇਪਤਾ ਨਾਲ ਔਰ ਬੜੇ ਸੁਝਾਊ ਢੰਗ ਨਾਲ ਉਹਨਾਂ ਨੇ ਇਸ ਆਪਣੀ ਕਥਾ ਨੂੰ ਬਿਆਨ ਕੀਤਾ। ਔਰ ਦੂਜੀ ਗੱਲ ਹੈ ਕਿ ਹਾਸ਼ਿਮ ਸ਼ਾਹ ਵਰਗਾ ਜਦੋਂ ਕਵੀ ਇੱਕ ਕਿੱਸਾ ਬਿਆਨ ਕਰ ਚੁੱਕਾ ਹੋਵੇ ਅਤੇ ਉਦੋਂ ਜਦੋਂ ਕੋਈ ਨਵਾਂ ਲੇਖਕ ਉਸ ਕਥਾ ਨੂੰ ਬਿਆਨ ਕਰਦਾ ਤਾਂ ਉਹਦੇ ਸਾਹਮਣੇ ਇੱਕ ਵੱਡੀ ਵੰਗਾਰ ਹੁੰਦੀ ਹੈ, ਤਾਂ ਮੈਂ ਸਮਝਦਾ ਕਿ ਇਸ ਵੰਗਾਰ ਨੂੰ ਬਲਕਾਰ ਸਿੱਧੂ ਹੋਣਾਂ ਨੇ ਬਹੁਤ ਅੱਛੀ ਤਰ੍ਹਾਂ ਪ੍ਰਵਾਨ ਕੀਤਾ ਕਿ ਅਸੀਂ ਹਾਸ਼ਿਮ ਅਤੇ ਬਲਕਾਰ ਸਿੱਧੂ ਨੂੰ ਮੁਕਾਬਲੇ ਵਿੱਚ ਨਹੀਂ ਦਿਖ ਰਹੇ, ਕਿਉਂਕਿ ਉਹ ਇੱਕ ਕਵੀ ਨੇ ਅਤੇ ਬਲਕਾਰ ਸਿੱਧੂ ਇੱਕ ਨਾਟਕਕਾਰ ਹੈ, ਤਾਂ ਇਹ ਨਾਟਕਕਾਰ ਬਹੁਤ ਜਗ੍ਹਾ 'ਤੇ ਬੜੀ ਸਫਲਤਾ ਨਾਲ ਖੇਡਿਆ ਗਿਆ, ਤੋ ਔਰ ਚੋਂ ਇਹਦੇ ਬਾਰੇ ਇਹੋ ਜਿਹੀਆਂ ਟਿੱਪਣੀਆਂ ਨੇ ਕਿ ਇਸ ਨਾਟਕ ਵਿੱਚੋਂ ਪੰਜਾਬ ਦੀ ਖੁਸ਼ਬੂ ਆਉਂਦੀ ਆ। ਸੋ ਮੈਂ ਸਮਝਦਾ ਕਿ ਪੰਜਾਬੀ ਵਿੱਚ ਸਾਡੇ ਕੋਲ ਨਾਟਕਕਾਰਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ, ਸਾਡੇ ਕਵੀ ਤਾਂ ਹੈਗੇ ਨੇ
ਕਹਾਣੀਕਾਰ ਵੀ ਹੈਗੇ ਨੇ, ਨਾਵਲਕਾਰ ਵੀ, ਲੇਕਿਨ ਨਵਿਆਂ 'ਚ ਉਹ ਨਾਟਕਕਾਰ ਬਹੁਤ ਘੱਟ ਆ ਰਹੇ ਆ। ਸੋ ਮੈਂ ਇਸ ਖਾਸ ਤੌਰ 'ਤੇ ਬਲਕਾਰ ਸਿੱਧੂ ਦੇ ਇਸ ਨਾਟਕ ਨੂੰ ਜੀਆਂ ਨੂੰ ਆਖਦਾ। ਮੈਂ ਅੱਜ ਇਹੀ ਗੱਲ ਕੀਤੀ ਸੀ ਕਿ ਮੈਂ ਇਸ ਨਾਟਕ ਨੂੰ ਅਜੇ ਪੜ੍ਹਨਾ। ਮੈਂ ਸਟੇਜ 'ਤੇ ਵੀ ਕਿਹਾ ਸੀ ਕਿ ਮੈਂ ਸਿਰਫ ਅੱਜ ਇਹ ਸੁਣਿਆ ਕਿ ਵੀ ਇਸ ਨਾਟਕ ਬਾਰੇ ਲੋਕ ਕੀ ਕਹਿ ਰਹੇ ਆ ਔਰ ਜਿਵੇਂ ਐਕਟਰ ਕੀ ਕਹਿ ਰਹੇ ਆ ਇਹਦੇ ਵਿੱਚ। ਤੋ ਸੋ ਮੈਂ ਜੇ ਮੈਂ ਸ਼ੇਅਰ ਵੀ ਕੀਤਾ ਸੀ ਕਿ ਅੱਜ ਮੈਂ ਸਵੇਰੇ ਉੱਠਿਆ ਅਲਾਰਮ ਲਗਾ ਕੇ ਕਿ ਮੈਂ ਨਾਟਕ ਪੜ੍ਹ ਕੇ ਜਾਣਾ, ਪਰ ਉਹ ਨਾਟਕ ਹੀ ਮੁੜ ਕੇ ਮੈਨੂੰ ਨਹੀਂ ਮਿਲਿਆ ਕਿਤੇ। ਸੋ ਇਸ ਨਾਟਕ ਨੂੰ ਅਸੀਂ ਹੁਣ ਮੈਂ ਸੋਚਿਆ ਕਿ ਇਸ ਨਾਟਕ ਨੂੰ ਅਸੀਂ ਪੰਜਾਬ ਕਲਾ ਭਵਨ ਵਿੱਚ ਇਹਦਾ ਮੰਚਨ ਕਰਾਵਾਂਗੇ ਤਾਂ ਜੋ ਇਸ ਨਾਟਕ ਨੂੰ ਅਸੀਂ ਪੂਰੀ ਤਰ੍ਹਾਂ ਇਹਦਾ ਇਹਦੀ ਜਿਹੜੀ ਇਹਦੀ ਖੂਬਸੂਰਤੀ ਆ ਉਹ ਸਾਡੇ ਸਾਹਮਣੇ ਉਜਾਗਰ ਹੋ ਸਕੇ। ਨਹੀਂ, ਡਾਇਰੈਕਟ ਤਾਂ ਬਲਕਾਰ ਹੀ ਕਰੇਗਾ। ਹਾਂ, ਅਸੀਂ ਤਾਂ ਪ੍ਰਬੰਧਕ ਹਾਂ।